ਘਰ 'ਚ ਦਰਖਤ ਲਾਉਣ ਦਾ ਸਵਾਦ ਬੜਾ, ਤੜਕੇ ਚਿੜੀਆਂ, ਦੁਪਹਿਰੇ ਆ ਗਟਾਰਾਂ ਜੀਆਂ, ਅਤੇ ਭਾਂਤ ਭਾਂਤ ਦੇ ਜਾਨਵਰ ਆਉਂਦੇ ਨੇ ਅਤੇ ਸਕੂਨ ਬਹੁਤ ਮਿਲਦਾ। ਹਾਂਜੀ, ਕੀ ਹਾਲ ਆ ਸਾਰਿਆਂ ਦਾ? ਸਵਾਜ ਦਾ ਬਲੌਗ ਸ਼ੁਰੂ ਕਰਦੇ ਹਾਂ। ਅਤੇ ਆਪਣੇ ਨਾ ਕਬੂਤਰ ਹੋ ਗਏ ਸਾਰੇ ਬਿਮਾਰ, ਅਤੇ ਅੱਜ ਉਹਨਾਂ ਵਾਸਤੇ ਖੁੱਡਾ ਬਣਾਉਣੇ ਪਹਿਲਾਂ ਤਾਂ ਆਪਾਂ, ਅਤੇ ਫਿਰ ਉਹਨਾਂ ਨੂੰ ਛੱਡਾਂਗੇ ਨਵੇਂ ਖੁੱਡੇ ਦੇ ਵਿੱਚ। ਲਓ ਜੀ, ਖੁੱਡਾ ਦਾ ਤਿਆਰ ਕਰ ਲਿਆ ਆਪਾਂ, ਅਤੇ ਲਾ ਕੇ ਮਿਹਨਤ ਦੇ ਦੱਸਿਓ ਜ਼ਰੂਰ ਕਿਵੇਂ ਲੱਗਿਆ। ਅਲਮਾਰੀਆਂ ਪਈਆਂ ਸੀ ਵਾਧੂ ਦੀਆਂ ਦੁਕਾਨ ਵਾਲੀਆਂ, ਅਤੇ ਇਹ ਲਿਆਂਦੀਆਂ ਆਪਾਂ ਦੁਕਾਨ 'ਚੋਂ ਕਿਸੇ ਤੋਂ, ਅਤੇ ਇੱਧਰ ਵੀ ਇਹ ਦੀਵਾਰੀ ਵੀ ਉੱਥੇ ਲਿਆਂਦੀਆਂ। ਇਹ ਆਪਾਂ 1000-1000 ਰੁਪਏ ਦੀਆਂ ਲਿਆਂਦੀਆਂ, ਦੋਨੇ 2000 ਦੀਆਂ ਮਿਲ ਗਈਆਂ। ਵਿੱਚ ਚਿੱਟਾਂ ਲਾਤੀਆਂ ਅਤੇ ਰਾਖਣੇ ਬਣਾਤੇ, ਬਾਹਲੇ ਸੋਹਣੇ ਬਣ ਗਏ। ਅਤੇ ਹੁਣ ਉੱਧਰਲੇ ਖੁੱਡੇ 'ਚ ਆਪਾਂ ਕਬੂਤਰ ਭਰਦੇ ਹਾਂ, ਜਾ ਕੇ ਉਹ ਚੱਕ ਕੇ ਲਿਆਵਾਂਗੇ ਇੱਧਰ। ਲਓ, ਕਹਿੰਦੇ ਆਹ ਖੁੱਡਾ, ਉਹ ਇਹਦੇ ਵਿੱਚ ਕਬੂਤਰ ਸਾਰੇ ਬਿਮਾਰ ਹੋਈ ਜਾਂਦੇ ਆ, ਦਿਨੋਂ ਦਿਨ ਮਰੀ ਜਾਂਦੇ ਆ, ਅੱਧਾ ਖਾਲੀ ਹੋ ਗਿਆ ਇਹ। ਅਤੇ ਇਹਨੂੰ ਆਪਾਂ ਢਾ ਦਾਂਗੇ, ਹੁਣ ਉੱਧਰਲੇ ਖੁੱਡੇ ਛੱਡਾਂਗੇ ਸਾਰੇ। ਮੈਂ ਪਿੰਜਰਾ ਲਿਆਉਣਾ, ਚੱਕ ਕੇ ਅਤੇ ਪਿੰਜਰੇ 'ਚ ਭਰ ਦਿਆਂ, ਫਿਰ ਆਪਾਂ ਉੱਧਰ ਛੱਡਾਂਗੇ ਲੈ ਜਾ ਕੇ। ਜੀ, ਕਹਿੰਦੇ ਮੈਂ ਪਿੰਜਰਾ ਭਰ ਲਿਆ, ਅਤੇ ਹੁਣ ਇਹ 'ਚ ਛੱਡਾਂਗੇ ਇਹਨਾਂ ਨੂੰ ਵਾਰੀ ਵਾਰੀ। ਅੰਦਰ ਇਹ ਲੰਘਦਾ ਨਹੀਂ, ਬਾਹਰੋਂ ਹੀ ਛੱਡਣੇ ਪੈਣਗੇ ਵਿਚਾਰੇ। ਹੈਂ, ਟੇਢਾ ਕਰੀਏ। ਲਓ ਜੀ, ਕਹਿੰਦੇ ਕਰਤੇ ਆਜ਼ਾਦ ਇੱਧਰ, ਅਤੇ ਹੋ ਜਾਂਦੇ ਉਹ ਕਦੇ। ਹੈਂ, ਇਹ ਵੀ ਬਿਮਾਰ ਹੋ ਰਿਹਾ, ਦਵਾਈ ਦੇਣੀ ਪੂਰੀ ਨੂੰ। ਛੱਡ ਦੇ, ਨਾ ਨਾ, ਮੈਂ ਆਰਾਮ ਨਾਲ ਫੜੇ ਸਾਰੇ। ਛੱਡ ਦੇ ਬਸ। ਲੋਕ ਕਹਿੰਦੇ ਐ ਫੱਟੀਆਂ ਤੇ ਬਹਿ ਜਾ ਕਰਨਗੇ, ਟੋਰ ਨਾ ਉਹ ਬਹਿ ਗਏ ਜਾ ਕੇ ਨਜ਼ਾਰੇ ਲੈਂਦਾ। ਐ ਹੁਣ ਕੱਲਾ ਕੱਲਾ ਇੱਥੇ ਸਾਰੇ ਬੱਚਿਆਂ ਵਾਲੇ ਛੱਡਾਂਗੇ ਜਿੰਨੇ ਵੀ ਹੈਗੇ ਨੇ। ਜੇ ਅਲਮਾਰੀ 'ਚ ਕਿਸੇ ਦੇ ਹੋਰ ਮਿਲ ਗਈ, ਇੱਕ ਅੱਧੇ ਹੋਰ ਲਿਆਵਾਂਗੇ। ਅਤੇ ਇੱਧਰ ਵੀ ਲਾ ਦਾਂਗੇ, ਆਹ ਪਾਸਾ ਖਾਲੀ ਆ, ਅਤੇ ਇਹਦੇ ਵਿੱਚ 200 ਕਬੂਤਰ ਦਾ ਇੰਤਜ਼ਾਮ ਕਰਾਂਗੇ। ਹੁਣ ਘੱਟੋ ਘੱਟ 50 ਦਾ ਹੋ ਗਿਆ, ਅਤੇ ਉੱਥੇ ਲੱਗ ਜੂ ਇੱਕ ਅਲਮਾਰੀ, ਇੱਕ ਅਲਮਾਰੀ ਇੱਧਰ ਲੱਗ ਜੂ, ਇੱਕ ਇਹਦੇ ਨਾਲ ਹੋਰ ਲੱਗ ਜੂ, ਇੱਧਰ ਲੱਗ ਜੂ, ਇੱਥੇ ਲੱਗ ਜੂ। ਫਿਰ ਇਹਨਾਂ ਨੂੰ ਵੱਡਾ ਢੋਲਾ ਲਿਆ ਕੇ ਭਰ ਕੇ ਪਾਣੀ ਦਾ, ਉਹਦੇ ਵਿੱਚ ਥੋੜ੍ਹੀ ਜਿਹੀ ਤਕਨੀਕ ਨਾਲ ਬਣਾ ਲਾਂਗੇ ਬਾਟੀ, ਉਹ 'ਚ ਪਈ ਜਾਇਆ ਕਰੂ ਥੋੜ੍ਹੀ ਥੋੜ੍ਹੀ ਥੋੜ੍ਹਾ ਥੋੜ੍ਹਾ। ਛੱਡਤੇ ਸਾਰੇ, ਲਓ ਹੁਣ ਹੋਰ ਲਿਆਉਣੇ ਭਰ ਕੇ ਇੱਧਰੋਂ। ਓਹ, ਫੜੇ ਨਹੀਂ ਜਾਂਦੇ ਹੈਗੇ, ਕਹਿੰਦੇ ਬਾਹਲੇ ਔਖੇ ਫੜਨੇ, ਐਂ ਭਰਨਾ ਪੈਂਦਾ ਹਾਲੇ ਪਿੰਜਰਾ। ਭਰ ਕੇ ਲੈ ਚੱਲਦੇ ਆ ਇੱਧਰ, ਆ ਰਹਿ ਗਏ ਥੋੜ੍ਹੇ ਜਿਹੇ ਉੱਤੇ ਵਾਲੇ, ਇਹ ਫੜਨੇ ਔਖੇ। ਹੁਣ ਲੀਲਾ ਬੁਲਾਇਆ ਸਪੈਸ਼ਲਿਸਟ, ਲੀਲਾ ਫੜੂ ਇਹਨਾਂ ਨੂੰ। ਇਹ ਇਹ ਇੱਕ ਉੱਬਾ ਸਿੱਧਾ ਹੋ ਜਾਂਦਾ ਵਧੀਆ, ਦੇਖੋ ਫੜ ਲਿਆ ਇੱਕ ਪਾਤਾ ਵਿੱਚ। ਜੇ ਕਿਆ ਹੋ ਗਿਆ ਲੀਲੇ, ਕਿਉਂ ਫੜਦਾ ਲੀਲਾ? ਚੱਕ ਦੇ ਫਟੇ ਲੀਲਾ, ਸਪੈਸ਼ਲਿਸਟ ਬੁਲਾਇਆ ਬੰਦਾ, ਕਹਿੰਦੇ ਕਬੂਤਰ ਫੜਨ ਕੱਠੇ ਦੋ ਦੋ ਤਿੰਨ ਤਿੰਨ ਲਿਆਉਂਦਾ ਜੱਫੇ ਫੜ, ਇਹ ਹੌਲੀ ਫੰਗ ਦੇਗਾ ਤੋੜ। ਮੁਰਗੇ ਥੋੜੀ ਨੇ ਫੜੀ ਜਾਂਦਾ ਫੱਟਦੇ ਵਾਲ। ਲੀਲਾ ਇਹ ਲੀਲਾ ਦੇਖੀ ਲੈ, ਐ ਨਾ ਯਾਰ ਧੱਕਾ ਕਰ ਲੀਲਾ। ਮਾਈ ਕਮਲ ਦੇ ਕਬੂਤਰ ਨੇ
ਲੱਤ ਬਾਂਹ ਉੜੂਏ ਓਏ ਆਏ ਨਾ ਫੜ ਲਓ ਜੀ ਕਹਿੰਦੇ ਭਰ ਗਿਆ ਪਿੰਜਰਾ ਉਧਰ ਲੈ ਕੇ ਚੱਲਦੇ ਆ ਨਾ ਪਹਿਲਾਂ ਇਹਨੂੰ ਸਾਫ ਕਰਾਂਗੇ ਫੇਰ ਛੱਡਾਂ ਮੁਰਗੇ ਲਓ ਜੀ ਕਹਿੰਦੇ ਭਰਤਾ ਸਾਰਾ ਕਬੂਤਰਾਂ ਨਾਲ ਵੀ ਇਹ ਜਾਂਦੇ ਆ ਛੂਕਦੇ ਮੁਰਗੀਆਂ ਮੁਰਗੀਆਂ ਨਾਲ ਵੀ ਵੱਧ ਕਬੂਤਰ ਇਕੱਠੇ ਕਰ ਰੱਖੇ ਸੀ ਆਪਦੀ ਆਪਦੀ ਹੁਣ ਥਾਂ ਮੰਨ ਲੈਣਗੇ ਇਹ ਹੱਥ ਨੂੰ ਤੱਕ ਕਿਹੜੇ ਨੇ ਕਿੱਥੇ ਬੈਠਣਾ ਕਿਹੜੇ ਨੇ ਕਿੱਥੇ ਬੈਠਣਾ ਸਾਰੇ ਆਪਦਾ ਆਪਦਾ ਥਾਂ ਭਾਲ ਲੈਣਗੇ ਚਲੋ 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 ਦੋ ਰਹਿ ਗਏ ਆਪਾਂ ਜਾ ਰਹਿ ਗਿਆ ਆਪਦਾ ਰਹਿ ਚੱਲ ਕਾਕਾ ਬਾਹਰ ਲਓ ਜੀ ਹੋ ਗਈ ਸਮਾਪਤੀ ਹੁਣ ਇਹਨਾਂ ਨੂੰ ਧਰਾਂਗੇ ਦਾਣੇ ਅਤੇ ਪਾਣੀ ਲਓ ਜੀ ਕਹਿੰਦੇ ਬਣ ਗਈ ਗੱਲ ਅਤੇ ਆਪਦਾ ਆਪਦਾ ਇਹਨਾਂ ਨੇ ਥਾਂ ਸਾਰੇ ਕਬੂਤਰਾਂ ਨੇ ਮੰਨ ਲਿਆ ਅਤੇ ਆਹ ਭਰ ਕੇ ਧਰਤਾ ਪਟੋਲਾ ਕਣਕ ਦਾ ਚਲੋ ਵੜਤਾ ਇਹ ਇਹਦੇ ਵਿੱਚੋਂ ਦਾਣੇ ਖਾਈ ਜਾਣਗੇ ਕੱਢ ਕੱਢ ਕੇ ਆਪੀ ਅਤੇ ਜਿਹਨੇ ਜਿੰਨੇ ਖਾਣੇ ਉਸ ਹਿਸਾਬ ਨਾਲ ਖਾ ਲੈਣਗੇ ਹੁਣ ਇਹ ਦਾਣੇ ਖੜਿਆਉਣਗੇ ਨਹੀਂ ਹੈਗੇ ਆ ਰਹੇ ਉਹ 'ਚ ਅਤੇ ਇਹ ਆਹ ਲਾ ਤਾ ਆਪਾਂ ਕੁੰਡਾ ਇਹਦੇ ਵਿੱਚੋਂ ਪਾਣੀ ਪੀ ਵੀ ਲੈਂਦੇ ਜੇ ਕਿਸੇ ਨੇ ਨਹਾਉਣਾ ਹੁੰਦਾ ਤਾਂ ਨਹਾ ਵੀ ਸਕਦਾ ਅਤੇ ਆਹ ਸਾਫ਼ ਪਾਣੀ ਵਾਲਾ ਬਣਾ ਤਾ ਆਹ ਦੇਖੋ ਮੈਂ ਵੱਢ ਕੇ ਆਹ ਚੀਜ਼ ਬਣਾ ਤੀ ਇਹਦੀ ਜੇ ਸਾਫ਼ ਪਾਣੀ ਜਮਾਂ ਸਾਫ਼ ਉੱਤੇ ਬਹਿ ਵੀ ਜਾਂਦੇ ਆ ਬਿੱਠ ਵੀ ਮਾਰਦੇ ਤਾਂ ਬਾਹਰ ਡਿੱਗਦੀ ਆ ਵਿੱਚ ਨਹੀਂ ਜਾਂਦੀ ਹੈਗੀ ਹੁਣ ਇੱਧਰ ਨਾ ਲੱਗੂ ਜੀ ਵਧੀਆ ਉੱਧਰ ਬਿਠਾਣ ਭਰਿਆ ਪਿਆ ਸੀ ਅਤੇ ਭੀੜਾ ਪਚੱਕਾ ਜਿਹਾ ਹੋ ਗਿਆ ਸੀ ਬਾਹਲਾ ਮਤਲਬ ਬਿਮਾਰੀ ਪੈ ਗਈ ਉੱਧਰ ਥੋੜ੍ਹੀ ਜਿਹੀ ਇਸ ਕਰਕੇ ਆਪਾਂ ਆਪਣਾ ਕਮਰਾ ਬਣਾ ਰਹੇ ਹੈਗੇ ਸੀ ਸਟੂਡੀਓ ਵਾਸਤੇ ਪਹਿਲਾਂ ਮਿੱਟੀ ਲਿਪ ਕੇ ਅਤੇ ਫਿਰ ਮਹਾਂ ਕਬੂਤਰਾਂ ਵਾਸਤੇ ਠੀਕ ਆ ਨਮਾਰੀਆਂ ਲਿਆ ਕੇ ਫਿੱਟ ਕਰਕੇ ਕੋਕਾ ਪੀਸ ਬਣਾ ਤਾ ਇਹ ਲਓ ਜੀ ਹੁਣ ਆਪਦੇ ਦਾਣੇ ਦੂਣੇ ਚੁੰਘਣ ਦਾ ਉਹਨਾਂ ਨੂੰ ਅਤੇ ਆਪਾਂ ਕਰਦੇ ਹਾਂ ਗੇਟ ਬੰਦ ਅਤੇ ਬਲੌਗ ਬੰਦ ਅਤੇ ਆਹ ਚੂਚੇ ਵੀ ਛੱਡਣੇ ਉੱਧਰ ਆਹ ਚੂਚੇ ਇਹਦੇ ਵਿੱਚ ਨੇ ਜਿਹੜੇ ਅਤੇ ਆਹ ਦੂਜਾ ਖੁੱਡਾ ਹੋ ਗਿਆ ਕਬੂਤਰਾਂ ਵਾਲਾ ਅਤੇ ਜਿੰਨੀਆਂ ਉਹ ਮੁਰਗੀਆਂ ਮਰਗੀਆਂ ਸਾਰੀਆਂ ਆਹ ਵੱਡੇ ਉਹ 'ਚ ਛੱਡ ਦੇਣੀਆਂ ਇਹ ਪਹਿਲਾਂ ਵੀ ਮੁਰਗੀਆਂ ਵਾਸਤੇ ਬਣਾ ਹੋਇਆ ਸੀ ਮੈਂ ਦੋ ਤਾਂ ਇਹ ਤਾਂ ਛੱਡਤੀਆਂ ਚੂਚੀਆਂ ਵਾਲੀਆਂ ਆਹ ਦੋ ਤਾਂ ਛੱਡਤੀਆਂ ਆ ਜਿੰਨੇ 'ਚ ਦਾਣੇ ਦੂਣੇ ਨੇ ਸਾਰਾ ਚੂਹੀਆਂ ਚਾਹੀਆਂ ਹੋਈਆਂ ਨੇ ਸਾਰੀਆਂ ਚੁੱਕ ਲੈਣੀਆਂ ਮਗਰ ਪਈ ਸੀ ਆਹ ਚੂਚੇ ਕੱਢ ਰੱਖੇ ਹੁਣ ਇਹਨਾਂ ਨੇ ਚਾਰ ਇੱਕ ਦੇ ਨੇ ਉਹ ਚਾਰ ਇੱਕ ਦੇ ਨੇ ਅਤੇ ਸਾਰੇ ਸੀਲ ਮੁਰਗੇ ਦੇ ਬੱਚੇ ਨੇਗੇ ਹੁਣ ਇਹਨੂੰ ਸਫਾਈ ਕਰਾਂਗੇ ਦੂ ਬਾਅਦ ਇਹਦੀ ਸਾਫ਼ ਕਰਕੇ ਜਮਾਂ ਕੋਕਾ ਪੀਸ ਬਣਾ ਦਾਂਗੇ ਕਿਰਾਂ ਦਾਣੇ ਦੂਣੇ ਚੁੱਕ ਲੈਣ ਤੋਂ ਦੋ ਤਿੰਨ ਦਿਨ ਅਤੇ ਬੱਚੇ ਭੱਜ ਜਾਣਗੇ ਅਤੇ ਉੱਧਰ ਵੀ ਬੱਚੇ ਨੇਗੇ ਅਤੇ ਉਹ ਵੀ ਲਿਆ ਕੇ ਛੱਡ ਦੇਣੇ ਆ ਉਹ ਪਰਾਂ ਵਾਲੇ ਬੱਚੇ ਵੀ ਨੇ ਉਹ ਵੀ ਲਿਆ ਕੇ ਛੱਡ ਦੇਣੇ ਇਹ 'ਚ ਵੀਹ ਪੱਚੀ ਬੱਚੇ ਇਕੱਠੇ ਕਰ ਦੇਣੇ ਆ ਮੁਰਗੀਆਂ ਕੱਢ ਦਾਂਗੇ ਇਹ 'ਚੋਂ ਬਾਹਰ